ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆ ਜਾਓ ਬਾਈ, ਆ ਜਾਓ ਸਾਰੇ ਜੀ, ਲਾਈਵ 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 ਲਾਈਵ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ। ਅਤੇ ਪਰਸੋਂ ਚੌਥੇ ਇੱਕ ਬੜੀ ਦਰਦਨਾਕ ਘਟਨਾ ਹੋਈ ਹੈ। ਪਰਸੋਂ ਰਾਤ ਨੂੰ ਸਾਡੇ ਭਰਾ ਦੀਪ ਸਾਡੇ ਲਈ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਤੁਸੀਂ ਯਕੀਨ ਨਹੀਂ ਕਰਨਾ, ਚੌਥੇ ਦੀ ਗੱਲ ਹੈ ਨਾ, ਬਸ ਜਦੋਂ ਆਪਣਾ ਫੋਨ ਆਇਆ ਸਾਨੂੰ ਪਰਸੋਂ ਚੌਥੇ ਯਾਨੀ ਕਿ ਦੀਪ ਬਾਈ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਮੈਨੂੰ ਦੀਪ ਬਾਈ ਦਾ ਫੋਨ ਆਇਆ ਸੀ। ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਭੇਜਿਆ ਮੇਰੇ ਕੋਲ ਅਤੇ ਮੈਨੂੰ ਫੋਨ 'ਤੇ ਗੱਲ ਕਰਵਾਈ। ਮੈਨੂੰ ਕਹਿੰਦੇ ਕੀ ਹਾਲ ਚਾਲ ਹੈ ਵੱਡੇ ਭਾਈ। ਮਾਂ ਬਾਈ ਵਧੀਆ ਵਧੀਆ, ਤੁਸੀਂ ਦੱਸੋ। ਕਹਿੰਦੇ ਕਿਵੇਂ ਚੱਲ ਰਹੀ ਹੈ ਇਲੈਕਸ਼ਨ। ਮਾਈ ਵਧੀਆ ਚੱਲ ਰਹੀ ਹੈ। ਅਤੇ ਮੈਨੂੰ ਕਹਿੰਦੇ ਮੈਨੂੰ ਦੱਸ, ਮੈਂ ਤੇਰੇ ਲਈ ਜੇ ਕੁਛ ਕਰ ਸਕਦਾ। ਮਾਂ ਬਾਈ ਤੁਸੀਂ ਵੱਡਾ ਭਰਾ ਹੈ, ਤੂੰ ਆਸ਼ੀਰਵਾਦ ਦੇ ਦੇ ਬਸ। ਆਸ਼ੀਰਵਾਦ ਠੀਕ ਹੈ, ਬਸ ਤੂੰ ਆਪਣਾ ਜੋ ਦੁਆਵਾਂ ਕਰਦੇ। ਕਹਿੰਦਾ ਦੁਆਵਾਂ ਦਾ ਤੇਰੇ ਨਾਲ ਹੀ ਹੈ, ਪਰ ਜੋ ਵੀ ਜਿੰਨੇ ਯੋਗਾ ਹੈਗਾ ਮੈਂ, ਤੂੰ ਮੈਨੂੰ ਦੱਸ ਦੀ, ਮੈਂ ਤੇਰੇ ਕੋਲ ਆਊਂਗਾ। ਮੈਂ ਠੀਕ ਹੈ ਬਾਈ। ਇੰਨੇ 'ਚ ਮੇਰੀ ਕਿਸੇ ਨੇ ਬਾਂਹ ਫੜ ਲਈ ਅਤੇ ਬਾਂਹ ਫੜ ਕੇ ਨਾ ਮੈਨੂੰ ਖਿੱਚ ਕੇ ਲੈ ਗਿਆ। ਮੈਨੂੰ ਕਹਿੰਦੇ ਬਾਈ ਆਪਾਂ ਪ੍ਰੋਗਰਾਮ ਤੋਂ ਲੇਟ ਹੋਈ ਜਾਂਦੇ ਹਾਂ, ਫੋਨ 'ਤੇ ਗੱਲ ਬਾਅਦ 'ਚੋਂ ਕਰਨੀ, ਲੋਕ ਡਿੱਕੀ ਜਾਂਦੇ ਆ। ਅਤੇ ਮੈਂ ਦੀਪ ਬਾਈ ਨੂੰ ਹਜੇ ਇੰਨੀ ਗੱਲ ਹੀ ਕਹੀ ਹੈ, ਮੈਂ ਵੀ ਬਾਈ ਵੀ ਬਾਈ ਮੈਂ ਤੇਰੇ ਨਾਲ ਕੱਲ੍ਹ ਨੂੰ ਗੱਲ ਕਰਦਾ। ਮੈਨੂੰ ਕਹਿੰਦਾ ਤੂੰ ਕੱਲ੍ਹ ਨੂੰ ਗੱਲ ਕਰੀ ਜ਼ਰੂਰ ਅਤੇ ਮੈਨੂੰ ਦੱਸੀ। ਅਤੇ ਦੂਜੇ ਦਿਨ ਯਾਰ ਮੈਨੂੰ ਆਹ ਘਟਨਾ ਦਾ ਪਤਾ ਲੱਗੀ ਹੈ, ਬੜੀ ਦੁਖਦਾਇਕ ਘਟਨਾ ਹੈ। ਸਾਡਾ ਭਰਾ ਸੀ, ਜਿਵੇਂ ਮਰਜ਼ੀ ਸੀ, ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧ ਸੀ, ਕਿਸੇ ਵੀ ਪਾਰਟੀ ਦਾ ਸੀ, ਪਰ ਸਾਨੂੰ ਮੈਨੂੰ ਮਾਣ ਆ ਉਹਦੇ 'ਤੇ ਵੀ ਉਹਨੇ ਮੈਨੂੰ ਫੋਨ ਕਰਕੇ ਮੈਥੋਂ ਇੰਨਾ ਪੁੱਛਿਆ ਵੀ ਮੈਂ ਆਵਾਂ ਜਾਂ ਨਾ ਆਵਾਂ। ਅਤੇ ਕਈ ਸ਼ਰਾਰਤੀ ਮਲੰਗ ਲੋਕ ਇਸ ਚੀਜ਼ 'ਤੇ ਕੱਲ੍ਹ ਦਾ ਲਾਈ ਜਾਂਦਾ ਤਵਾ, ਸਿੱਧੂ ਨੇ ਖੜਾ ਲਵਾਤਾ, ਫਲਾਣਾ ਲਵਾਤਾ। ਉਹ ਸ਼ਰਮ ਕਰਿਆ ਕਰੋ ਭਰਾਵੋ, ਮਾੜੀ ਮੋਟੀ ਜੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਤਾਂ ਥੋੜ੍ਹੀ ਬਹੁਤ ਸ਼ਰਮ ਕਰਿਆ ਕਰੋ। ਤੁਹਾਨੂੰ ਨਹੀਂ ਸੀ ਪਤਾ ਮੇਰਾ ਉਹਦੇ ਨਾਲ ਕੀ ਰਿਸ਼ਤਾ ਸੀ। ਅਤੇ ਕੱਲ੍ਹ ਤਾਂ ਮੇਰੇ ਕੋਲ ਪਰਮੀਸ਼ ਬਾਈ ਵੀ ਆਇਆ ਹੋਇਆ ਸੀ, ਬਲਕਾਰ ਅਣਖੀਲ ਆਇਆ ਹੋਇਆ ਸੀ। ਤੁਹਾਨੂੰ ਨਹੀਂ ਪਤਾ ਮੈਂ ਵੋਟਾਂ 'ਚ ਖੜਾ ਹੋਇਆ ਅਤੇ ਕੰਪੇਨ ਚੱਲ ਰਹੀ ਹੈ। ਕਿਸੇ ਚੀਜ਼ ਨੂੰ ਭੱਦਾ ਮਜ਼ਾਕ ਬਣਾ ਕੇ ਕਿਸੇ ਚੀਜ਼ ਨਾਲ ਜੋੜਨਾ, ਇਹੋ ਜਿਹੀ ਕੁੱਤੀ ਰਾਜਨੀਤੀ, ਗੰਦੀ ਰਾਜਨੀਤੀ ਨਾ ਕਰਿਆ ਕਰੋ ਮੇਰਾ ਵੀਰ। ਮੇਰੇ ਨਾਲ ਕੋਈ ਤੁਹਾਡਾ ਭਰਮ ਭੁਲੇਖ ਹੈ, ਕੋਈ ਊਂ ਤੁਹਾਡੇ ਨਾਲ ਚੰਗੀ ਫਿੰਗੀ ਕੋਈ ਹੈਗੀ, ਜਦੋਂ ਮਰਜ਼ੀ ਕੱਢ ਲਿਓ, ਪਰ ਕਿਸੇ ਸਾਡੇ ਭਰਾ ਦੇ ਬਾਰੇ ਸਾਨੂੰ ਗਲਤ ਤਰੀਕੇ ਨਾਲ ਜੋੜ ਦਿਓ ਤਾਂ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਇਸ ਚੀਜ਼ ਨੂੰ। ਆ ਜਿਹੜੀਆਂ ਮਲੰਗ, ਤੁਸੀਂ ਨਾ ਸਾਨੂੰ ਦੱਸੋ ਵੀ ਸਾਡਾ ਕਿਸੇ ਨਾਲ ਕੀ ਰਿਸ਼ਤਾ ਸੀ। ਤੁਹਾਨੂੰ ਪਤਾ ਸੀ ਮੇਰੀ ਪਰਸੋਂ ਨਾਲ ਗੱਲ ਹੋਈ ਵਿਚਾਰੇ ਨਾਲ। ਜਿਹੜਾ ਸਾਨੂੰ ਘਾਟਾ ਹੋਇਆ ਸਾਨੂੰ ਪਤਾ, ਠੀਕ ਹੈ ਨਾ। ਅਤੇ ਇਹੋ ਜਿਹੀਆਂ ਚੀਜ਼ਾਂ ਕਰਕੇ ਸਮਾਜ ਨੂੰ ਦੋ ਫਾੜ ਨਾ ਕਰੋ। ਸਾਡਾ ਭਰਾ ਸੀ, ਸਾਡਾ ਭਰਾ ਰਹੂਗਾ ਹਮੇਸ਼ਾ। ਮੈਂ ਪਿਛਲੇ 20 ਦਿਨਾਂ ਦੇ ਵਿੱਚੋਂ ਵੋਟਾਂ 'ਚ ਲੱਗਿਆ ਹੋਇਆ, ਮੈਂ ਤਾਂ ਨੈੱਟ ਸੋਸ਼ਲ ਮੀਡੀਆ ਯੂਜ਼ ਤੱਕ ਨਹੀਂ ਕਰਦਾ। ਕੱਲ੍ਹ ਵੀ ਉੱਥੇ ਕੱਟ ਸੀ ਸਾਰਾ, ਅਤੇ ਉਹ ਮੈਂ ਪਾਤਾ, ਮੈਂ ਉਦੋਂ ਬਾਅਦ ਡਿਲੀਟ ਵੀ ਕਰਤਾ ਜਦੋਂ ਮੈਨੂੰ ਧਿਆਨ ਦੇ ਵਿੱਚ ਗੱਲ ਆਈ ਵੀ ਯਾਰ ਹਾਂ ਆਹ ਚੀਜ਼ ਹੈਗੀ। ਅਤੇ ਭਰਾਵੋ ਇਲੈਕਸ਼ਨ ਚੱਲ ਰਿਹਾ, ਕੰਪੇਨ ਚੱਲ ਰਹੀ ਆ, ਉਹ ਕੋਈ ਮੈਂ ਹਾਸੇ ਮਜ਼ਾਕ ਨਹੀਂ, ਤਾਂ ਕਿੱਦਾਂ ਦਾ ਪਲੈਨ ਦਾ ਸਾਰਾ ਕੁਛ, ਕਿਹੜੇ ਬੰਦੇ ਨੇ ਕਦੋਂ ਆਉਣਾ, ਕਿਹੜੇ ਬੰਦੇ ਨੇ ਕਦੋਂ ਜਾਣਾ, ਕਿਹੜੇ ਬੰਦੇ ਨੇ ਕੰਪੇਨ ਕਰਨੀ ਹੈ। ਅਤੇ ਇਹੋ ਜਿਹੀਆਂ ਚੀਜ਼ਾਂ ਨਾ ਕਰਿਆ ਕਰੋ ਮੇਰਾ ਵੀਰ। ਤੁਸੀਂ ਨਾ ਮੈਨੂੰ ਦੱਸੋ ਵੀ ਮੈਂ ਮੇਰਾ ਕਿਹੜੇ ਬੰਦੇ ਨਾਲ ਕੀ ਰਿਸ਼ਤਾ ਸੀ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੀ ਗੱਲ ਕੀ ਹੋਈ ਆਪਸ 'ਚ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਮੇਰਾ ਵੀਰ, ਸਾਡਾ ਭਰਾ ਆ ਗਿਆ ਅਤੇ ਸਾਨੂੰ ਪਤਾ ਵੀ ਉਹਦੇ ਜਾਣ ਦਾ ਦੁੱਖ ਕੀ ਹੈ। ਜਿੰਨਾ ਦੁੱਖ ਤੁਹਾਨੂੰ ਹੈ ਨਾ, ਉਦੋਂ ਦੁੱਗਣਾ ਦੁੱਖ ਮੈਨੂੰ ਆ। ਮੈਂ ਕੱਲ੍ਹ ਪਰਸੋਂ ਦਾ ਇਹੀ ਸੋਚਿਆ ਨਾ ਵੀ ਯਾਰ ਮੈਨੂੰ ਕੱਲ੍ਹ ਬਾਈ ਦਾ ਫੋਨ ਆਇਆ ਅਤੇ ਅੱਜ ਯਾਰ ਬਾਈ ਸਾਡੇ ਵਿੱਚ ਨਹੀਂ। ਅਤੇ ਇਹੋ ਜਿਹੀਆਂ ਘਟੀਆ ਹਰਕਤਾਂ, ਘਟੀਆ ਸਾਜ਼ਿਸ਼ਾਂ, ਰਾਜਨੀਤੀਆਂ ਇਹ ਬੰਦ ਕਰ ਦਿਓ ਮੇਰਾ ਵੀਰ। ਜੇ ਤੁਹਾਨੂੰ ਕੋਈ ਊਂ ਤੁਹਾਨੂੰ ਤੁਹਾਡੇ ਤੋਂ ਤੁਸੀਂ ਤੁਹਾਨੂੰ ਲੱਗਦਾ ਵੀ ਐਂ ਕਰਕੇ ਤੁਸੀਂ ਉਵੇਂ ਕੋਈ ਬੁੱਗ ਵਘਾਟ ਕੱਢਣਾ ਉਵੇਂ ਕੱਢ ਲਓ, ਪਰ ਇਹੋ ਜਿਹੀਆਂ ਗਲਤ ਸਿਆਸਤਾਂ ਨਾ ਕਰੋ ਮੇਰਾ ਵੀਰ। ਦੁੱਖ ਹੁੰਦਾ ਦੇਖ ਕੇ ਜਦੋਂ ਲੋਕ ਇਹਨਾਂ ਚੀਜ਼ਾਂ ਨੂੰ ਆਪਦੇ ਨਿੱਜੀ ਫਾਇਦੇ ਲਈ ਵਰਤਦੇ ਆ। ਉਹ ਸਾਡਾ ਭਰਾ ਸੀ, ਸਾਡਾ ਭਰਾ ਰਹੂਗਾ ਅਤੇ ਰਹਿੰਦੀ ਦੁਨੀਆ ਤੱਕ ਉਹਨੂੰ ਲੋਕ ਯਾਦ ਕਰਨਗੇ। ਮੈਂ ਕੱਲ੍ਹ ਵੀ ਲੋਕਾਂ ਨੂੰ ਕਹਿੰਦਾ ਸੀ, ਮੈਂ ਕਿਹਾ ਤੁਸੀਂ ਉਹੀ ਲੋਕ ਹੋ ਜਿਹੜੇ ਉਦੋਂ ਉਹਨੂੰ ਗਦਾਰ ਕਹਿੰਦੇ ਸੀ, ਅੱਜ ਉਹਦੇ ਉਹ ਤੁਹਾਡੇ ਲਈ ਚੰਗਾ ਹੋ ਗਿਆ ਕਿ ਉਹ ਜਹਾਨ ਛੱਡ ਗਿਆ ਤਾਂ ਚੰਗਾ ਹੋ ਗਿਆ। ਸਟੈਂਡ ਰੱਖਿਆ ਕਰੋ ਲੋਕੋ। ਆਹੀ ਸੋਸ਼ਲ ਮੀਡੀਆ 'ਤੇ ਜਿਹੜੇ ਅੱਜ ਮੇਰੀਆਂ ਵੀਡੀਓ ਪਾ ਰਹੇ ਨੇ ਇੱਧਰ ਉੱਧਰ ਦੀਆਂ ਕਰਕੇ ਘੱਟ ਵੱਢ ਕੇ, ਸਿੱਧੂ ਨੂੰ ਇਹ ਨਹੀਂ ਪਤਾ ਦੀਪ ਸਿੱਧੂ ਮਰ ਗਿਆ, ਤੁਸੀਂ ਉਹੀ ਲੋਕ ਉਦੋਂ ਗਦਾਰ ਦਾ ਠੱਪਾ ਲਾਉਂਦੇ ਸੀ ਉਹਦੇ 'ਤੇ, ਉਹਦੀਆਂ ਅੱਖਾਂ 'ਚ ਪਾਣੀ ਸੀ। ਅਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ। ਅੱਜ ਉਹ ਚੱਲ ਗਿਆ ਵਿਚਾਰਾ, ਸਾਨੂੰ ਛੱਡ ਗਿਆ, ਉਹਦੀ ਇੰਨੀ ਸੱਚ ਬੋਲਣ ਵਾਲਿਆਂ ਦੀ ਜ਼ਿੰਦਗੀ ਇੰਨੀ ਕੀ ਹੁੰਦੀ ਹੈ। ਪਰ
ਤੁਸੀਂ ਇਹਨਾਂ ਚੀਜ਼ਾਂ ਦਾ ਬਈ ਨਜਾਇਜ਼ ਫਾਇਦਾ ਨਾ ਚੱਕੋ, ਨਾ ਇਹੋ ਜਿਹੀਆਂ ਚੀਜ਼ਾਂ ਕਰੋ। ਹੱਥ ਬੰਨ ਕੇ ਬੇਨਤੀ ਹੈ, ਜਿਹਦੇ ਘਰ ਦਾ ਜੀ ਗਿਆ ਉਹਨੂੰ ਪਤਾ ਕਿ ਘਾਟਾ ਕੀ ਹੁੰਦਾ, ਸਾਰੀ ਕੌਮ ਨੂੰ ਘਾਟਾ ਪਿਆ। ਮੇਰਾ ਵੀਰ, ਇਹੋ ਜਿਹੀਆਂ ਸੋਸ਼ਲ ਮੀਡੀਆ 'ਤੇ ਗੰਦ ਮੰਦ ਨਾ ਸ਼ੇਅਰ ਕਰੋ। ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਮੈਂ ਇਲੈਕਸ਼ਨ 'ਚ ਇੱਧਰ ਫਸਿਆ ਹੋਇਆ ਨਹੀਂ, ਮੈਂ ਬਸ ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਮੈਂ ਐਕਸਪਲੇਨ ਨਹੀਂ ਕਰ ਸਕਦਾ। ਇਹੋ ਜਿਹੇ ਭੱਦੇ ਮਜ਼ਾਕ ਜਿਹੜੇ ਕਰਦੇ ਆ ਬਈ, ਵਰਜੋ ਉਹਨਾਂ ਨੂੰ ਵਰਜੋ। ਤੁਸੀਂ ਉਹੀ ਉਹ ਸੋਸ਼ਲ ਮੀਡੀਆ ਵਾਲੇ ਲੋਕ ਹੋ ਜਿਹੜੇ ਉਦੋਂ ਭਰਾ ਨੂੰ ਸਾਡੇ ਨੂੰ ਗਦਾਰ ਕਹਿੰਦੇ ਸੀ, ਅੱਜ ਤੁਹਾਡੇ ਲਈ ਉਹ ਚੰਗਾ ਹੋ ਗਿਆ। ਸ਼ਰਮ ਕਰਿਆ ਕਰੋ ਮੇਰਾ ਵੀਰ, ਸ਼ਰਮ, ਨਾ ਇਹੋ ਜਿਹੀਆਂ ਚੀਜ਼ਾਂ ਕਰਿਆ ਕਰੋ। ਹੱਥ ਬੰਨ ਕੇ ਬੇਨਤੀ ਹੈ। ਬਾਕੀ ਜੋ ਬੰਦਾ ਸੱਚ ਦੇ ਰਾਹ 'ਤੇ ਤੁਰਦਾ, ਜੋ ਬੰਦਾ ਹਮੇਸ਼ਾ ਇੱਕ ਪਾਸੇ ਦਾ ਹੋ ਕੇ ਤੁਰਦਾ, ਦੁਨੀਆ ਉਹਨੂੰ ਯਾਦ ਕਰਦੀ ਹੈ, ਅਤੇ ਉਹਨੇ ਆਪਦਾ ਮੁੱਲ ਦੱਸਤਾ ਅੱਜ ਵੀ ਮੈਂ ਕਿੰਨੇ ਕੁ ਜੋਗਾ ਸੀ, ਕਿਹੜੇ ਇੱਥੇ ਸੱਚੇ ਸੀ ਅਤੇ ਕਿਹੜੇ ਗਦਾਰ ਸੀ। ਨਾ ਇਹੋ ਜਿਹਾ ਕੁਛ ਕਰੋ ਮੇਰਾ ਵੀਰ, ਹੱਥ ਬੰਨ ਕੇ ਬੇਨਤੀ ਹੈ। ਕੋਈ ਗਲਤ ਫਲਤ ਮੈਥੋਂ ਬੋਲਿਆ ਗਿਆ ਹੋਵੇ ਮੈਨੂੰ ਮਾਫ਼ ਕਰਿਓ। ਮੈਨੂੰ, ਮੈਂ ਕੱਲ੍ਹ ਦਾ ਮੈਨੂੰ ਇਸ ਚੀਜ਼ ਦਾ ਬੁਰਾ ਲੱਗੀ ਜਾਂਦਾ ਵੀ ਯਾਰ, ਲੋਕ ਸਮਝਦੇ ਹੀ ਨਹੀਂ ਯਾਰ। ਤੁਹਾਨੂੰ ਕੀ ਪਤਾ ਕਿਸ ਨਾਲ ਕਿਹਦੀ ਕਿੰਨੀ ਕੁ ਅਟੈਚਮੈਂਟ ਸੀ। ਮੈਨੂੰ ਪਤਾ ਵੀ ਚੌਥੇ ਮੈਨੂੰ ਉਹਦਾ ਫੋਨ ਆਇਆ, ਅਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਕਦਮ ਮੈਂ ਫੋਟੋ ਦੇਖੀ ਵੀ, ਮੈਨੂੰ ਐਂ ਲੱਗਿਆ ਵੀ ਯਾਰ ਐਂ ਵੀ ਹੋ ਜਾਂਦਾ, ਤੁਰਿਆ ਜਾਂਦਾ ਬੰਦਾ। ਮੈਨੂੰ ਕੱਲ੍ਹ ਫੋਨ ਕਰਕੇ ਗਿਆ, ਮੈਨੂੰ ਨਾਲ ਗੱਲ ਕੀਤੀ ਹੈ, ਮੈਂ ਨਾ ਸਕੇ। ਮੈਨੂੰ ਪਤਾ ਜਾਂ ਦੀਪ ਬਾਈ ਦੇ ਭਰਾ ਨੂੰ ਪਤਾ ਜਿਹੜਾ ਮੇਰੇ ਫੋਨ 'ਤੇ ਗੱਲ ਕਰਵਾ ਕੇ ਗਿਆ, ਸਪੈਸ਼ਲ ਮਾਨਸਾ ਉਹਨੇ ਵੱਡੇ ਭਰਾ ਨੂੰ ਭੇਜਿਆ ਮੇਰੀ ਸਿੱਧੂ ਨਾਲ ਗੱਲ ਕਰਵਾ। ਅਤੇ ਇਹੋ ਜਿਹੀਆਂ ਘਟੀਆ ਰਾਜਨੀਤੀਆਂ ਨਾ ਕਰਿਆ ਕਰੋ ਵੱਡੇ ਭਾਈ। ਮੈਂ ਤੁਹਾਨੂੰ ਜਾਣਦਾ ਜਿਹੜੇ ਪੇਜ ਜੇ ਚਲਾਉਂਦੇ ਹੋ ਤੁਸੀਂ, ਵੀ ਕਿੰਨੇ ਕੁ ਜੋਗੇ ਹੋ ਤੁਸੀਂ, ਇਹੋ ਜਿਹਾ ਕੁਛ ਨਾ ਕਰੋ। ਮੈਨੂੰ ਅੱਜ ਖਿੱਚ ਕੇ ਬੋਲਣਾ ਪਿਆ ਕਿ ਸਾਡੇ ਪਰਿਵਾਰ 'ਚੋਂ ਕੋਈ ਬੰਦਾ ਤੁਰ ਕੇ ਗਿਆ, ਚੱਲ ਗਿਆ। ਉਹ ਵਿਚਾਰਾ ਆਪਦੀ ਜਿੰਨੀ ਜ਼ਿੰਦਗੀ ਕੱਢੀ ਸੀ ਉਹਨੇ ਸੋਹਣੀ ਕੱਢੀ ਆਪਦੀ ਅਣਖ ਨਾਲ ਕੱਢੀ, ਅਤੇ ਤੁਸੀਂ ਉਹਨੂੰ ਆਹ ਸਰੋਪੇ ਨਾ ਦਿਓ। ਹੱਥ ਬੰਨ ਕੇ ਬੇਨਤੀ ਹੈ, ਲੋਕਾਂ 'ਚ ਨਫ਼ਰਤ ਦੀ ਰਾਜਨੀਤੀ ਨਾ ਕਰੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।